ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਦਿੱਤਿਆ ਸਿੰਧਿਆ ਨੇ ਕੁਝ ਹਵਾਈ ਮਾਰਗਾਂ ਤੇ ਅਸਧਾਰਨ ਕੀਮਤਾਂ ਵਿੱਚ ਵਾਧੇ ਦੀਆਂ ਰਿਪੋਰਟਾਂ ਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਕੱਲ ਨਵੀਂ ਦਿੱਲੀ ਵਿੱਚ 에ਅਰਲਾਈਨਸ ਦੇ ਸਲਾਹਕਾਰ ਗਰੁੱਪ ਨਾਲ 1 ਘੰਟੇ ਦੀ ਮੀਟਿੰਗ ਨਾਲ ਹਵਾਈ ਜਹਾਜ਼ਾਂ ਦੇ ਕਿਰਾਏਾਂ ਦੇ ਮੁੱਦੇ ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ 에ਅਰਲਾਈਨਸ ਨੂੰ ਕਿਸੇ ਆਫ਼ਤ ਦੌਰਾਨ ਮਾਨਵਤਾਵਾਦੀ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਟਿਕਟਾਂ ਦੀਆਂ ਕੀਮਤਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਉਹਨਾਂ ਦੀਆਂ ਕੀਮਤਾਂ ਵਿੱਚ ਕਿਸੇ ਵੀ ਵਾਧੇ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ 에ਅਰਲਾਈਨਸ ਨੂੰ चुने हुए रूटांति हवाई जहाज निगरानी करनी चाहिशा हुए रेल हादसे दौरान मारे गए मुफ्त सेवा प्रदान करने एयरलाइंस न सलाह दिखती है